महशर दे ए मालिक होजे कौसर दे ए फुल जहरा ते हैदर दे ए फुल जहरा ते हैदर दे जेड़े अज उमलाए ने फिर हम सब चले जाएंगे। दो आंसू बहा लीजिए, दो आंसू गिरा लीजिए, करबला के शहीदों को याद कर लीजिए। बड़ी बहुत अहम है, सुन लीजिए और
बात को समझे। दुख दे के हर कोई राजी है, एक ऐसी मेहमान नवाजी है। कोई मेहमान से ऐसा ही करता है, कोई बुला के पानी बंद करता है। रोज दुआ करना
ਦਾ ਦੀਦਾਰ ਹੋ ਜਾਏ, ਹਜ਼ੂਰ ਦਾ ਦੀਦਾਰ ਹੋ ਜਾਏ, ਹਜ਼ੂਰ ਦਾ ਦੀਦਾਰ ਹੋ ਜਾਏ। ਜਦੋਂ ਨਬੀ ਦੇ ਸੋਹਣੇ ਆਕਾ ਦੇ ਹਮ ਸ਼ਕਲ ਸਾਹਮਣੇ ਆਏ ਤੇ ਤੂੰ ਤੀਰਾਂ ਦੀ ਬਾਰਿਸ਼ ਕਰ ਦਿੱਤੀ, ਇਹ ਤੇਰਾ ਕੈਸਾ ਪਿਆਰ ਹੈ ਇਹ ਮੁਸਲਮਾਨ, ਇਹ ਤੇਰੀ ਕੈਸੀ ਵਫਾ ਹੈ। ਮੇਰੇ ਹਜ਼ੂਰ ਨੇ ਆਪਕੋ ਮੈਂ ਐਂਡ ਉਸੇ ਪੇ ਕਰ ਰਹੀ ਹੂੰ, ਕੁੱਲਾ ਅਸਅਲੂਕੁਮ ਅਲੈਹੀ ਅਜਰਨ ਇਲਲ ਮੁਵੱਦਾ ਤਫਿਲ ਕੁਰਬਾ। ਗੱਲ ਇੱਥੇ ਹੀ ਮੁੱਕ ਗਈ ਕਿ ਕੁੱਲਾ ਅਸਅਲੂਕੁਮ ਅਲੈਹੀ ਅਜਰਨ ਇਲਲ ਮੁਵੱਦਾ ਤਫਿਲ ਕੁਰਬਾ, ਕਿ ਮੇਰੇ ਨਬੀ ਨੇ ਫਰਮਾਇਆ ਮੈਂ ਤੁਮਸੇ ਕੁਛ ਅਜਰ ਨਹੀਂ ਮੰਗਤਾ ਇਸ ਪਰ ਕਿ ਮੈਨੇ ਤੁਮੇ ਸਭ ਕੁਛ ਦਿਆ, ਅਸ਼ਫਰ ਮਖਲੂਕਾਤ ਮਨੇ ਕੁਰਾਨ ਮਿਲਾ, ਮੇਰੀ ਨਿਸਬਤ ਸੇ ਸ਼ਫਾਤ ਹੋਗੀ, ਥੋੜ੍ਹਾ ਪੜ੍ਹਤੇ ਹੋ ਸਵਾਬ ਜ਼ਿਆਦਾ ਸਭ ਕੁਛ, ਮਗਰ ਮੈਂ ਸਿਰਫ ਯੇ ਕਹਿਤਾ ਹੂੰ ਕਿ ਮੇਰੀ ਅਹਲੇ ਬੈਤ ਸੇ, ਮੇਰੇ ਅਪਨੋ ਸੇ, ਮੇਰੇ ਕੁਰਬਾ ਸੇ ਮੁਹੱਬਤ ਕਰਨਾ। ਔਰ ਯੇ ਮੁਹੱਬਤ ਕੀ ਹੈ, ਸੁਣ ਲਓ, ਯੇ ਮੁਹੱਬਤ ਕੀ ਹੈ, ਯੇ ਹਜ਼ੂਰ ਕੋ ਪਤਾ ਥਾ ਕਿ ਕਿਆ ਹੋਣੇ ਵਾਲਾ ਹੈ, ਯੇ ਵੋ ਬਾਤੇ ਹੈ ਜੋ ਪਹਿਲੇ ਹਜ਼ੂਰ ਕੋ ਪਤਾ ਥਾ। ਤੋ ਲਿਹਾਜ਼ਾ ਮੇਰੀ ਬਹਿਨੋ, ਅੱਲਾ ਸੁਬਹਾਨਾ ਤਾਲਾ ਹਮ ਸਭ ਕੋ ਆਲੇ ਰਸੂਲ ਕੀ ਮੁਹੱਬਤ ਅਤਾ ਫਰਮਾਏ। ਹਜ਼ੂਰ ਨੇ ਬਸ ਯਹੀ ਫਰਮਾਇਆ ਹੈ ਕਿ ਅਗਰ ਮੁਝਸੇ ਮੁਹੱਬਤ ਕਰਤੇ ਹੋ ਤੋ ਫਿਰ ਮੇਰੇ ਹਸਨ ਹੁਸੈਨ ਸੇ ਮੁਹੱਬਤ ਕਰੋ, ਮੇਰੇ ਅਲੀ ਸੇ ਮੁਹੱਬਤ ਕਰੋ, ਮੇਰੀ ਫਾਤਮਾ ਸੇ ਮੁਹੱਬਤ ਕਰੋ। ਯਾਦ ਰੱਖਣਾ, ਜੋ ਮੇਰੇ ਬੱਚੋ ਸੇ ਮੁਹੱਬਤ ਕਰੇਗਾ ਇਨਸ਼ਾਅੱਲਾ ਉਸਕਾ ਬੇੜਾ ਪਾਰ ਹੋ ਜਾਏਗਾ। ਹਜ਼ੂਰ ਨੇ ਫਰਮਾਇਆ ਅੱਲਾ ਮੈਂ ਇਨਸੇ ਮੁਹੱਬਤ ਕਰਤਾ ਹੂੰ, ਤੂੰ ਵੀ ਉਨਸੇ ਮੁਹੱਬਤ ਕਰ ਜੋ ਇਨਸੇ ਮੁਹੱਬਤ ਕਰਤਾ ਹੈ। ਆਜ ਹਮ ਸਭ ਯਹਾਂ ਪਰ ਉਨਕੀ ਮੁਹੱਬਤ ਮੇਂ ਜਮਾ ਹੋਏ ਹੈ ਇਨਸ਼ਾਅੱਲਾ, ਤੋ ਯਕੀਨਨ ਅੱਲਾ ਵੀ ਹਮਸੇ ਮੁਹੱਬਤ ਕਰੇਗਾ, ਯਕੀਨਨ ਅੱਲਾ ਵੀ ਹਮ ਸਭ ਕੀ ਪਰੇਸ਼ਾਨੀਆਂ ਦੂਰ ਕਰੇਗਾ।